ਅੱਜ ਪੰਜਾਬ ਵਿੱਚ ਕੋਰਟ ਦੇ ਟੀਕਿਆਂ ਦੀ ਸ਼ੁਰੂਆਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ੁਰੂਆਤ ਕੀਤੀ ਹੈ। 2.5 ਲੱਖ ਟੀਕਾ ਪੰਜਾਬ 'ਚ ਆਇਆ, ਜਿਹ 'ਚੋਂ 1,59,000 ਰਜਿਸਟਰ ਹੋ ਚੁੱਕੇ ਨੇ। 40,000 ਟੀਕਾ ਰੋਜ਼ ਪੰਜਾਬ 'ਚ ਲੱਗੇਗਾ। ਸੋ ਇੱਕ ਬੜੀ ਵੱਡੀ ਰਾਹਤ ਮਿਲੀ ਆ ਅਤੇ ਆਸ ਹੈ ਕਿ ਟੀਕਾ ਜਿਹੜਾ ਪੂਰਾ ਕਾਮਯਾਬ ਹੋਵੇਗਾ। ਇਸ ਜਿਹੜੀ ਨਾਮਰਾਦ ਬਿਮਾਰੀ ਆਈ ਸੀ ਉਹ ਤੋਂ ਦੁਨੀਆ ਨੂੰ ਨਜਾਤ ਮਿਲੇਗੀ, ਸੁੱਖ ਮਿਲੇਗਾ। ਆਹਿਸਤਾ ਆਹਿਸਤਾ ਫਿਰ ਸਾਰਿਆਂ ਦੇ ਕਰਾਂਗੇ, ਫਿਰ ਪੁਲਿਸ ਵਾਲਿਆਂ ਦੇ ਸਾਰੇ ਜਿਹੜੇ ਨੇ, ਫਿਰ ਜਿਉਂ ਜਿਉਂ ਫਿਰ ਦਿਨ ਤਾਂ ਉਹੀ ਚੰਗਾ ਹੋਊਗਾ ਜਿਸ ਦਿਨ ਕਾਮਨਮੈਨ ਦੀ ਰੀਚ 'ਚ ਹੋਜੂਗਾ। ਹੌਲੀ ਹੌਲੀ ਸਾਡੀ ਕੋਸ਼ਿਸ਼ ਹੋਏਗੀ ਵੀ ਹਰ ਪੰਜਾਬੀ ਨੂੰ ਇਹ ਟੀਕਾ ਲੱਗੇ, ਉਹਦੀ ਪਹੁੰਚ ਤੱਕ ਪਹੁੰਚੇ ਅਤੇ ਹਰ ਪੰਜਾਬੀ ਸੇਫ ਹੋਵੇ। ਹਾਂਜੀ, ਪੰਜਾਬ ਸਰਕਾਰ ਫ੍ਰੀ ਸੁਵਿਧਾ ਦੇਵੇਗੀ ਲੋਕਾਂ ਨੂੰ? ਆਸ ਹੈ, ਇਹਦੇ ਬਾਰੇ ਵਿਚਾਰਿਆ ਜਾ ਰਿਹਾ ਵੀ ਇਹ ਸੁਵਿਧਾ ਦੇਣ ਦੀ ਕੋਸ਼ਿਸ਼ ਕਰਾਂ। ਦੇਖੋ, ਇਹ ਜਿਹੜੀ ਕਰੋਨਾ ਮਹਾਂਮਾਰੀ ਹੈ ਇਹ ਪਿਛਲੇ ਆਲਮੋਸਟ ਸਾਲ ਹੋ ਜਾਣਾ, ਬਹੁਤ ਵੱਡਾ ਦੁਖਾਂਤ ਸਾਰੀ ਦੁਨੀਆ 'ਚ ਇਸ ਬਿਮਾਰੀ ਨਾਲ ਆਇਆ। ਪਰ ਨਾਲ ਦੀ ਨਾਲ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਸਭ ਤੋਂ ਘੱਟ ਸਮੇਂ ਵਿੱਚ ਇਹਦੇ ਉਲਟ ਵੈਕਸੀਨ ਤਿਆਰ ਕਰਤੇ। ਵੈਕਸੀਨ ਕੀ ਹੁੰਦਾ ਕਿ ਇਹ ਅਸੀਂ ਜਿਹੜੇ ਵਾਇਰਸ ਦਾ ਕੁਛ ਹਿੱਸਾ ਜਾਂ ਵਾਇਰਸ ਨੂੰ ਕਮਜ਼ੋਰ ਕਰਕੇ ਉਹ ਬਾਡੀ 'ਚ ਇੰਜੈਕਟ ਕਰਦੇ ਹਾਂ ਤਾਂ ਕਿ ਜਿਹੜੀ ਸਾਡੀ ਅੰਦਰ ਡਿਫੈਂਸ ਮੈਕਾਨਿਜ਼ਮ ਹੈ ਉਹ ਐਕਟੀਵੇਟ ਹੋ ਜਾਏ ਅਤੇ ਜਦੋਂ ਐਕਚੁਅਲ ਬਿਮਾਰੀ ਆਏ ਤਾਂ ਉਹਨੂੰ ਉਹ ਕਾਊਂਟਰ ਕਰ ਸਕੇ। ਮੈਂ 70 ਸਾਲ ਦਾ ਹੋ ਜਾਣਾ ਔਰ ਇੱਕ ਸਰਜਨ ਹੋਣ ਦੇ ਨਾਤੇ, ਇੱਕ ਇਸ ਜ਼ਿਲ੍ਹੇ ਦਾ ਪਲੈਨਿੰਗ ਬੋਰਡ ਦਾ ਚੇਅਰਮੈਨ ਹੋਣ ਦੇ ਨਾਤੇ, ਮੈਂ ਇਹ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਸੀ ਕਿ ਇਹਦੇ ਤੋਂ ਡਰਨ ਦੀ ਲੋੜ ਨਹੀਂ। ਅਤੇ ਇਹ ਹਰ ਇੱਕ ਨੂੰ, ਮੈਨੂੰ ਅੱਧਾ ਘੰਟਾ ਹੋ ਗਿਆ ਇਹ ਇੰਜੈਕਸ਼ਨ ਲੱਗੇ ਨੂੰ। ਮੈਂ ਦੇਖੋ ਬੜੇ ਮਜ਼ੇ ਨਾਲ ਇੱਥੇ ਖੜ੍ਹਾ ਵਾਂ ਡਾਕਟਰ ਸਾਹਿਬ ਦੇ ਕਮਰੇ ਦੇ ਵਿੱਚ ਔਰ ਇਹਦਾ ਕੋਈ ਮੈਨੂੰ ਹੁਣ ਤੱਕ ਕੋਈ ਇਹਦਾ ਬੁਰਾ ਅਸਰ ਮਹਿਸੂਸ ਨਹੀਂ ਹੋਇਆ। ਅਲਟੀਮੇਟਲੀ ਇਹ ਜਿਹੜਾ ਵੈਕਸੀਨ ਹੈ ਇਹ ਇਸ ਬਿਮਾਰੀ ਨੂੰ ਅਗਰ ਅਸੀਂ ਜੜੋਂ ਪੁੱਟਣਾ ਆਪਣੇ ਦੇਸ਼ ਤੋਂ ਤਾਂ ਘੱਟੋ ਘੱਟ 50% ਲੋਕ ਜਿਹੜੇ ਨੇ ਉਹਨਾਂ ਨੂੰ ਇਹ ਇੰਜੈਕਸ਼ਨ ਲਵਾਉਣਾ ਚਾਹੀਦਾ ਤਾਂ ਕਿ ਸਾਡੇ ਅੰਦਰ ਇੱਕ ਹਰਡ ਇਮਿਊਨਿਟੀ ਆ ਜਾਏ। ਹਰਡ ਇਮਿਊਨਿਟੀ ਜਿਹੜੀ ਆ ਸਭ ਤੋਂ ਸੌਖੀ ਆ ਕਿ ਅਸੀਂ ਵੈਕਸੀਨ ਦੇ ਥਰੂ ਲਿਆ ਸਕਦੇ ਹਾਂ ਅਤੇ ਜਦੋਂ ਅਸੀਂ ਹਰਡ ਇਮਿਊਨਿਟੀ ਲਿਆਉਂਦੇ ਹਾਂ ਉਹ ਜਿਹੜਾ ਵਾਇਰਸ ਹੈ 50% ਜਦੋਂ ਲੋਕ ਜਿਹੜੇ ਨੇ ਉਹ ਪ੍ਰੋਟੈਕਟਿਡ ਹੁੰਦੇ ਨੇ ਅਤੇ ਉਹ ਜਿਹੜੀ ਪ੍ਰੋਟੈਕਸ਼ਨ ਹੈ ਜਦੋਂ ਵਾਇਰਸ ਉਹਨਾਂ ਨੂੰ ਅਟੈਕ ਕਰਨ ਜਾਂਦਾ ਅਤੇ ਅੱਗੇ ਉਹ ਡਿਫੈਂਸ ਮੈਕਾਨਿਜ਼ਮ ਐਂਟੀਬੋਡੀ ਸਾਡੀਆਂ ਬੈਠੀਆਂ ਹੁੰਦੀਆਂ ਅਤੇ ਉਹ ਆਟੋਮੈਟਿਕਲੀ ਕਮਜ਼ੋਰ ਪੈ ਜਾਂਦਾ ਅਤੇ ਅਲਟੀਮੇਟਲੀ ਇਟ ਡਾਈਜ ਇਟਸ ਓਨ ਡੈਥ ਅਤੇ ਉਹ ਬਿਮਾਰੀ ਖਤਮ ਹੋ ਜਾਂਦੀ ਹੈ। ਸੋ ਮੈਂ ਸਭ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਘੱਟੋ ਘੱਟ ਜਿਹੜੇ ਸਾਡੇ ਬਟਾਲਾ ਔਰ ਗੁਰਦਾਸਪੁਰ ਡਿਸਟ੍ਰਿਕਟ ਦੇ ਲੋਕ ਨੇ ਉਹ ਤਗੜੇ ਹੋ ਕੇ ਜਦੋਂ ਵੀ ਉਹਨਾਂ ਨੂੰ ਆਫਰ ਹੁੰਦੀ ਹੈ ਡਿਪਾਰਟਮੈਂਟ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ ਵੈਕਸੀਨੇਸ਼ਨ ਦੀ, ਅਤੇ ਉਹਦੇ ਤੋਂ ਘਬਰਾਉਣ ਨਾ। ਇਹਦੀ ਕੋਈ ਕੰਪਲੀਕੇਸ਼ਨ ਨਹੀਂ, ਮਾਮੂਲੀ ਆ। ਅਗਰ ਬੁਖਾਰ ਹੁੰਦਾ ਤਾਂ ਇਹਦਾ ਮਤਲਬ ਟੀਕਾ ਅਸਰ ਕਰ ਰਿਹਾ ਤੁਹਾਡੇ 'ਤੇ ਅਤੇ ਇਹ ਲਵਾਉਣਾ ਚਾਹੀਦਾ। ਮਾੜੀ ਮੋਟੀ ਜੇ ਕੋਈ ਦਰਦ ਹੋਈ ਆ ਜਾਂ ਬੁਖਾਰ ਹੈ ਉਹਦੀ ਪੈਰਾਸੀਟਾਮੋਲ ਗੋਲੀ ਲੈ ਸਕਦੇ ਹੋ ਔਰ ਲੋੜ ਪਏ ਅਤੇ ਜਿਹੜੇ ਕੰਸਰਨ ਸਾਡੇ ਇੱਥੇ ਬੜੇ ਐਫੀਸ਼ੀਐਂਟ ਡਾਕਟਰ ਨੇ ਡਾਕਟਰ ਭੱਲਾ, ਤੁਸੀਂ ਇਮੀਡੀਏਟਲੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਅੱਜ ਆਪਣੇ ਬਾਕੀ ਹੈਲਥ ਕੇਅਰ ਸਟਾਫ ਦੇ ਤਕਰੀਬਨ 100 ਬੰਦਿਆਂ ਨੂੰ ਇੰਜੈਕਸ਼ਨ ਲਗਾਉਣਾ, ਸਮਾਂ ਘੱਟ ਹੈ, ਥੋੜ੍ਹਾ ਘੱਟ ਹੋ ਜਾਵੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਉਹਨਾਂ ਨੂੰ ਸੈਕਿੰਡ ਟਾਈਮ ਲਗਾ ਦਿੱਤਾ ਜਾਏਗਾ ਔਰ ਇਹ ਕੰਮ ਸਫਲਤਾਪੂਰਵਕ ਚੱਲ ਰਿਹਾ। ਸਾਡੇ ਸਾਰੇ ਡਾਕਟਰਸ ਇੰਜੈਕਸ਼ਨ ਲਗਵਾ ਰਹੇ। ਸਾਡੇ ਕੋਲ ਐਡਵਾਂਸ ਈਵਨ ਫੋਲਿੰਗ ਇਮਨਾਈਜੇਸ਼ਨ ਦੇ ਵਿੱਚ ਅਸੀਂ ਪੂਰਾ ਸਿਸਟਮ ਆਪਣਾ ਤਿਆਰ ਰੱਖਿਆ ਹੋਇਆ। ਅੱਧਾ ਘੰਟਾ ਅਸੀਂ ਪੇਸ਼ੈਂਟ ਨੂੰ, ਜਿਸ ਨੂੰ ਆਪਾਂ ਵੈਕਸੀਨੇਟ ਕਰਦੇ ਹਾਂ, ਉਹਨੂੰ ਬਿਠਾ ਕੇ ਰੱਖਣਾ ਔਰ ਅੱਧੇ ਘੰਟੇ ਬਾਅਦ ਉਸਨੂੰ ਘਰ ਭੇਜਣਾ। ਜੇ ਉਸਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਡੇ ਕੋਲ ਉਸ ਨੂੰ ਮੈਨੇਜ ਕਰਨ ਦਾ ਪੂਰਾ ਸਿਸਟਮ ਤਿਆਰ ਪਰ ਤਿਆਰ। ਆਮ ਤੌਰ 'ਤੇ ਜੇ ਇਮੀਡੀਏਟਲੀ ਜੋ ਹੋ ਸਕਦਾ ਉਹਦਾ ਅਲਰਜਿਕ ਰਿਐਕਸ਼ਨ ਜਾਂ ਐਨਾਫਿਲੈਕਟਿਕ ਰਿਐਕਸ਼ਨ ਹੋ ਸਕਦਾ, ਉਸ ਤੋਂ ਬਾਅਦ ਜੇ ਕੋਈ ਹਲਕਾ ਫੁਲਕਾ ਫੀਵਰ ਹੋ ਸਕਦਾ, ਜੋ ਹੋਏਗਾ ਤਾਂ ਉਹਨੂੰ ਸਿੰਪਲ ਟ੍ਰੀਟਮੈਂਟ ਦੀ ਲੋੜ ਹੈ। ਫਿਰ ਵੀ ਅਸੀਂ ਪੂਰੀ ਤਰ੍ਹਾਂ ਅਲਰਟ ਹਾਂ, ਕੋਈ ਪ੍ਰੋਬਲਮ ਆਏ ਅਸੀਂ ਉਹਨੂੰ ਮੈਨੇਜ ਕਰਨ ਵਾਸਤੇ।